ਜਿੱਥੇ ਬਾਲ ਸੁਧਾਰ ਘਰ ਦੇ ਵਿੱਚ ਬੰਦ ਪਾਕਿਸਤਾਨੀ ਦੋ ਬੱਚਿਆਂ ਦੀ ਵਤਨ ਵਾਪਸੀ ਹੋਈ। 19 ਅਪ੍ਰੈਲ ਨੂੰ ਦੋਵੇਂ ਬੱਚੇ ਵਾਪਸ ਆਪਣੇ ਦੇਸ਼ ਦੇ ਵਿੱਚ ਪਰਤ ਜਾਣਗੇ। ਮੁਸਲਿਮ ਭਾਈਚਾਰੇ ਨੇ ਦੋਵਾਂ ਬੱਚਿਆਂ ਦੇ ਨਾਲ ਈਦ ਵੀ ਮਨਾਈ ਔਰ 3 ਸਾਲ ਤੋਂ ਫਰੀਦਕੋਟ ਬਾਲ ਸੁਧਾਰ ਦੇ ਵਿੱਚ ਦੋਵੇਂ ਨਾਬਾਲਗ ਬੰਦ ਸਨ। ਸਾਲ 2021 ਦੇ ਵਿੱਚ ਗਲਤੀ ਦੇ ਨਾਲ ਭਾਰਤ ਦੀ ਸਰਹੱਦ ਦੇ ਵਿੱਚ ਦੋਵੇਂ ਬੱਚੇ ਦਾਖਲ ਹੋਏ ਸੀ ਤਾਂ ਹੁਣ ਇਹਨਾਂ ਦੀ ਵਤਨ ਵਾਪਸੀ ਹੋਣੀ ਹੈ, ਯਾਨੀ ਕਿ ਆਪਣੇ ਦੇਸ਼ ਵਾਪਸ ਪਾਕਿਸਤਾਨ ਪਰਤਣਗੇ। ਫਰੀਦਕੋਟ ਦੀ ਇਹ ਖਬਰ ਹੈ ਜਿੱਥੇ ਬਾਲ ਸੁਧਾਰ ਘਰ ਦੇ ਵਿੱਚ ਬੰਦ ਦੋ ਪਾਕਿਸਤਾਨੀ ਬੱਚਿਆਂ ਦੀ ਵਤਨ ਵਾਪਸੀ ਹੋਏਗੀ। 19 ਅਪ੍ਰੈਲ ਨੂੰ ਦੋਵੇਂ ਹੀ ਬੱਚੇ ਜਿਹੜੇ ਨੇ ਆਪਣੇ ਵਤਨ ਵਾਪਸੀ ਕਰਨਗੇ। ਮੁਸਲਿਮ ਭਾਈਚਾਰੇ ਨੇ ਇਹਨਾਂ ਦੇ ਨਾਲ ਈਦ ਦਾ ਤਿਉਹਾਰ ਜਿਹੜਾ ਹੈ ਉਹ ਵੀ ਮਨਾਇਆ। 3 ਸਾਲ ਤੋਂ ਫਰੀਦਕੋਟ ਬਾਲ ਸੁਧਾਰ ਦੇ ਵਿੱਚ ਬੰਦ ਸਨ ਬੱਚੇ, ਦੋਵੇਂ ਹੀ ਨਾਬਾਲਗ ਬੱਚੇ, ਔਰ ਸਾਲ 2021 ਦੇ ਵਿੱਚ ਗਲਤੀ ਨਾਲ ਭਾਰਤ ਦੀ ਸਰਹੱਦ ਦੇ ਵਿੱਚ ਦਾਖਲ ਹੋਏ ਸੀ। ਜ਼ਿਆਦਾ ਜਾਣਕਾਰੀ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਦੇਵਾਨੰਦ ਸ਼ਰਮਾ ਫੋਨ ਲਾਈਨ 'ਤੇ ਜੁੜ ਚੁੱਕੇ ਨੇ। ਦੇਵਾਨੰਦ, ਕੀ ਕੁਝ ਅਪਡੇਟ ਹੈ ਜੋ ਦੋ ਬੱਚੇ ਬਾਲ ਸੁਧਾਰ ਘਰ ਦੇ ਵਿੱਚ ਬੰਦ ਸੀ ਔਰ ਹੁਣ ਉਹਨਾਂ ਦੀ ਵਤਨ ਵਾਪਸੀ ਹੋਣੀ ਹੈ? ਬਿਲਕੁਲ, ਜਿਹੜੇ ਦੋ ਬੱਚੇ ਪਾਕਿਸਤਾਨ ਜਿਹੜੇ ਬਾਲ ਸੁਧਾਰ ਵਿੱਚ ਜੇਲ੍ਹ 'ਚ ਬੰਦ ਸੀ, ਉਹਨਾਂ ਦੀ ਵਤਨ ਵਾਪਸੀ 19 ਅਪ੍ਰੈਲ ਨੂੰ ਹੋਏਗੀ। ਲੇਕਿਨ ਕੱਲ੍ਹ ਜਿਹੜਾ ਵੱਡਾ ਤਿਉਹਾਰ ਸੀ ਦਾ, ਤੇ ਇੱਥੋਂ ਦੀ ਜਿਹੜੀ ਵੈਲਫੇਅਰ ਸੁਸਾਇਟੀ ਹੈ ਸਾਡੇ, ਉਹਨਾਂ ਨੇ ਜਿਹੜੇ ਪ੍ਰਧਾਨ ਨੇ ਸੁਸਾਇਟੀ ਦੇ ਹਾਜੀ ਦਿਲਾਵਰ ਹੁਸੈਨ, ਉਹਨਾਂ ਨੇ ਜਾ ਕੇ ਉੱਥੇ ਸੁਸਾਇਟੀ ਦੇ ਬੱਚਿਆਂ ਨਾਲ ਉੱਥੇ ਈਦ ਦਾ ਤਿਉਹਾਰ ਮਨਾਇਆ ਗਿਆ। ਤੇ ਲੇਕਿਨ ਸਭ ਤੋਂ ਪਹਿਲੀ ਗੱਲ ਹੈ ਕਿ ਕੁਛ ਪਹਿਲਾਂ ਵਤਨ ਵਾਪਸੀ ਲਈ ਇਹਨਾਂ ਦਾ ਯਤਨ ਕੀਤਾ ਗਿਆ ਸੀ, ਉਦੋਂ ਕੁਛ ਕਾਗਜ਼ ਡਾਕੂਮੈਂਟ ਜੋ ਰਹਿ ਗਏ ਸੀ। ਹੁਣ ਜਿਹੜੀ ਪਾਕਿਸਤਾਨ ਨੂੰ ਲਾਹੌਰ ਦੇ ਰਹਿਣ ਵਾਲੇ ਨੇ, ਉਹਨਾਂ ਦੀ ਵਾਪਸੀ ਜਿਹੜੀ 19 ਅਪ੍ਰੈਲ ਨੂੰ ਹੋਣ ਜਾ ਰਹੀ ਹੈ, ਤੇ ਬੱਚਿਆਂ ਨੂੰ 19 ਅਪ੍ਰੈਲ ਨੂੰ ਇੱਥੋਂ ਰਵਾਨਾ ਕੀਤਾ ਜਾਵੇਗਾ, ਉਹਨਾਂ ਦੀ ਵਤਨ ਵਾਪਸੀ ਹੋ ਜਾਏਗੀ। ਠੀਕ ਹੈ ਦੇਵਾਨੰਦ, ਜਦੋਂ ਇਹਨਾਂ ਦੀ ਮਤਲਬ ਸਰਹੱਦ ਪਾਰ ਕੀਤੀ ਇਹਨਾਂ ਨੇ, ਯਾਨੀ ਕਿ ਪਾਕਿਸਤਾਨ ਵਾਲੀ ਸਾਈਡ ਤੋਂ ਭਾਰਤ ਦੀ ਸਰਹੱਦ 'ਚ ਗਲਤੀ ਨਾਲ ਦਾਖਲ ਹੋਏ ਨੇ, ਤਾਂ ਕੀ ਕੋਈ ਪਰਟੀਕੁਲਰ ਏਰੀਆ ਪਤਾ ਹੈ ਕਿ ਕਿਸ ਏਰੀਏ ਦੇ ਵਿੱਚ ਇਹ ਗਲਤੀ ਦੇ ਨਾਲ ਭਾਰਤ ਦੇ ਵਿੱਚ ਦਾਖਲ ਹੋ ਜਾਂਦੇ ਨੇ? ਬਿਲਕੁਲ, ਪਹਿਲਾਂ ਜਿਹੜਾ ਗੱਲ ਕਰੀਏ ਤਾਂ ਇੱਥੋਂ ਦੇ ਗਲਤੀ ਨਾਲ ਭਾਰਤ ਦੀ ਸੀਮਾ ਪੰਜਾਬ ਕੇ ਤਰਨ ਤਾਰਨ ਜ਼ਿਲ੍ਹੇ ਦੇ ਪ੍ਰਵੇਸ਼ ਜੋ ਕੀਤਾ ਜਿਹਨੇ DSA ਜਵਾਨਾਂ ਉਦੋਂ ਇਹਨਾਂ ਨੂੰ ਫੜਿਆ ਸੀ ਤਰਨ ਤਾਰਨ ਪੜੋ ਤੋਂ DSA ਦੇ ਜਵਾਨਾਂ ਨੇ ਨਾਲ ਜੋ ਗਲਤੀ ਨਾਲ ਪਾਰ ਹੋ ਗਏ ਬੱਚੇ, ਉਦੋਂ ਉਹਨਾਂ ਨੂੰ ਫੜ ਲਿਆ ਗਿਆ ਸੀ। ਇਹਦੇ ਨਾਲ ਹੀ ਇਹ ਵਰਤ ਤੋਂ ਬਾਅਦ ਇਹਨਾਂ ਨੂੰ ਇੱਥੇ ਮੁਕੱਦਮਾ ਨਹੀਂ ਚੱਲ ਰਿਹਾ ਸੀ, ਲੇਕਿਨ 3 ਸਾਲ ਬਾਅਦ ਦੁਆਰਾ ਇਹਨਾਂ ਰਿਹਾਈ ਹੈ ਜਿਹੜੀ ਹੁਣ ਸੰਭਵ ਹੋ ਪਈ ਹੈ। ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਦੇਵਾਨੰਦ ਜ਼ਿਆਦਾ ਜਾਣਕਾਰੀ ਦੀ ਸਾਂਝ ਪਾਉਣ ਵਾਸਤੇ। ਤੇ ਇੱਕ ਵਾਰ ਮੁੜ ਤੋਂ ਦੱਸ ਦਈਏ ਕਿ ਫਰੀਦਕੋਟ ਬਾਲ ਸੁਧਾਰ ਘਰ ਦੇ ਵਿੱਚ ਬੰਦ ਪਾਕਿਸਤਾਨੀ ਦੋ ਬੱਚੇ ਨੇ ਜਿਨ੍ਹਾਂ ਦੀ ਵਤਨ ਵਾਪਸੀ ਹੋਣੀ, ਯਾਨੀ ਕਿ ਉਹ ਹੁਣ ਪਾਕਿਸਤਾਨ ਆਪਣੇ ਦੇਸ਼ ਵਾਪਸ ਜਾਣਗੇ। ਤਾਂ ਤਰਨ ਤਾਰਨ ਦੇ ਇੱਕ ਏਰੀਏ ਦੇ ਵਿੱਚੋਂ ਭਾਰਤੀ ਸਰਹੱਦ ਦੇ ਵਿੱਚ ਗਲਤੀ ਦੇ ਨਾਲ ਬੱਚੇ ਦਾਖਲ ਹੋਏ ਸੀ, ਜਿਸ ਤੋਂ ਬਾਅਦ BSF ਜਿਹੜੀ ਹੈ ਇਹਨਾਂ ਨੂੰ ਕਾਬੂ ਕਰਦੀ ਹੈ। ਬਾਲ ਸੁਧਾਰ ਕੇਂਦਰ ਦੇ ਵਿੱਚ ਇਹਨਾਂ ਨੂੰ ਰੱਖਿਆ ਜਾਂਦਾ ਹੈ ਤੇ 19 ਅਪ੍ਰੈਲ ਨੂੰ ਹੁਣ ਇਹ ਦੋਵੇਂ ਬੱਚੇ ਜਿਹੜੇ ਨੇ ਆਪਣੇ ਘਰ ਜਾਣਗੇ, ਆਪਣੇ ਦੇਸ਼ ਪਰਤਣਗੇ। ਆਪਣੇ ਘਰ ਜਾਣਾ ਇਹਨਾਂ ਬੱਚਿਆਂ ਨੇ, ਤਾਂ ਮੁਸਲਿਮ ਭਾਈਚਾਰੇ ਨੇ ਉਹਨਾਂ ਦੀ ਵਤਨ ਵਾਪਸੀ ਤੋਂ ਪਹਿਲਾਂ ਉਹਨਾਂ ਦੇ ਨਾਲ ਈਦ ਦਾ ਤਿਉਹਾਰ ਵੀ ਮਨਾਇਆ। 3 ਸਾਲ ਤੋਂ ਫਰੀਦਕੋਟ ਬਾਲ ਸੁਧਾਰ ਦੇ ਵਿੱਚ ਇਹ ਦੋਵੇਂ ਨਾਬਾਲਗ ਜਿਹੜੇ ਨੇ ਉਹ ਬੰਦ ਸਨ।